ਸਾਬ ਦੇ ਵਿੱਚ ਵੜ ਕੇ ਗੋਲੀਆਂ ਚਲਾਈਆਂ ਗਈਆਂ ਇਹ ਬਹੁਤ ਮੰਦ ਭਾਗੀ ਅਤੇ ਇੱਕ ਕਾਲਾ ਦਿਨ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਜਿਹੜਾ ਹੋਇਆ ਕੋਈ ਐਸੀ ਸੰਸਥਾ ਨਹੀਂ ਹੁੰਦੀ ਜਿਹਦੇ ਵਿੱਚ ਗੁੱਟਬਾਜ਼ੀ ਜਾਂ ਗਰੂਪਿਜ਼ਮ ਜਾਂ ਬਕਰੇ-ਬਕਰੇ ਧੜੇ ਨਾ ਹੋਣ ਲੇਕਿਨ ਆਪਸੀ ਧੜਿਆਂ ਦੀ ਜਿਹੜੀ ਰੰਜਿਸ਼ਾਂ ਹੁੰਦੀਆਂ ਜਾਂ ਛੋਟੀਆਂ-ਮੋਟੀਆਂ ਗੱਲਾਂ ਹੁੰਦੀਆਂ ਉਹਨਾਂ ਦੇ ਵਿੱਚ ਜਾ ਕੇ ਪੁਲਿਸ ਜਿਸ ਤਰ੍ਹਾਂ ਦੇ ਐਕਸ਼ਨ ਲੈ ਰਹੀ ਹੈ ਇਹ ਸਰਕਾਰ ਤੇ ਸਰਕਾਰ ਤੇ ਤੇ ਸਰਕਾਰ ਦੀ ਫੰਕਸ਼ਨਿੰਗ ਤੇ ਬਹੁਤ ਵੱਡਾ ਇੱਕ ਸਵਾਲੀਆ ਚਿੰਨ੍ਹ ਖੜਾ ਕਰ ਦਈ ਹੈ ਸਵੇਰੇ 4 ਵਜੇ ਜਾ ਕੇ ਜਦੋਂ ਅਖੰਡ ਪਾਠ ਸਾਹਿਬ ਉੱਥੇ ਚੱਲ ਰੇ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਦੇ ਸਬੰਧ ਦੇ ਵਿੱਚ ਸਵੇਰੇ 4 ਵਜੇ ਜਾ ਕੇ ਪੁਲਿਸ ਵੱਲੋਂ ਉੱਥੇ ਫਾਇਰਿੰਗ ਕੀਤੀ ਗਈ ਕਿਸ ਦੇ ਹੁਕਮ ਨਾਲ ਕੀਤੀ ਗਈ ਕਿਉਂ ਕੀਤੀ ਗਈ ਇਸ ਦਾ ਅਜੇ ਤੱਕ ਕੋਈ ਜਿਹੜਾ ਸਾਨੂੰ ਕਾਰਨ ਨਹੀਂ ਪਤਾ ਲੱਗਿਆ ਹਰ ਜਗ੍ਹਾ ਤੇ ਜਿੱਥੇ ਵੀ ਦੋ ਗਰੁੱਪਾਂ ਦੀ ਜਾਂ ਜਿੱਥੇ ਵੀ ਸੰਸਥਾ ਦੇ ਵਿੱਚ ਦੋ ਧੜੇ ਹੁੰਦੇ ਹਨ ਜੇ ਉਹਨਾਂ ਦੀ ਕੋਈ ਆਪਸੀ ਗੱਲਬਾਤ ਹੋਵੇ ਤਾਂ ਉਹਦਾ ਹੱਲ ਕਰਨ ਦਾ ਵੀ ਇੱਕ ਸਿਸਟਮ ਕਾਨੂੰਨ ਦੇ ਹਿਸਾਬ ਨਾਲ ਬਹੁਤ ਬਣਿਆ ਹੁੰਦਾ ਹੈ ਲੇਕਿਨ ਪੁਲਿਸ ਦਾ ਇਹ ਐਕਸ਼ਨ ਜਿਹੜਾ ਹੋਇਆ ਜੇ ਇਸ ਜਗ੍ਹਾ ਤੇ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਅਕਾਲੀ ਦਲ ਤੇ ਕਿੰਨਾ ਭਾਰਾ ਪੈਣਾ ਸੀ ਇਹ ਕੰਮ ਬਹੁਤ ਸੋਚਣ ਵਾਲੀ ਗੱਲ ਹੈ ਲੇਕਿਨ ਇਸ ਸਰਕਾਰ ਦੇ ਕੋਈ ਅਸਰ ਹੀ ਨਹੀਂ ਹੈ ਕੀ ਇਹ ਲਾਅ ਐਂਡ ਆਰਡਰ ਕਿਸ ਪੋਜੀਸ਼ਨ ਦੇ ਵਿੱਚ ਜਾ ਰਿਹਾ ਹੈ ਕਿਵੇਂ ਪੁਲਿਸ ਦਾ ਦੁਰਉਪਯੋਗ ਹੋ ਰਿਹਾ ਹੈ ਜਿੱਥੇ ਪੁਲਿਸ ਨੂੰ ਹੋਣ ਦੀ ਜ਼ਰੂਰਤ ਹੈ ਉੱਥੇ ਪੁਲਿਸ ਹੈ ਨਹੀਂ ਆਪਣੇ ਪਰਿਵਾਰਾਂ ਦੇ ਵਿੱਚ ਇੰਨੇ-ਇੰਨੇ ਵੱਡੀਆਂ ਸਿਕਿਉਰਿਟੀ ਦੀ ਜਿਹੜੇ ਬੈਟਰੀਜ਼ ਦਿੱਤੀਆਂ ਹੋਈਆਂ ਇੰਨੇ-ਇੰਨੇ ਜ਼ਿਆਦਾ ਸਿਕਿਉਰਿਟੀ ਸੀਐਮ ਦੇ ਸੀਐਮ ਦੀ ਫੈਮਿਲੀ ਨੂੰ ਹੈ ਉਹ ਸਭ ਨੂੰ ਤਾਂ ਸਿਕਯੂਰ ਕੀਤਾ ਹੋਇਆ ਲੇਕਿਨ ਜਿਹੜਾ ਆਮ ਇਨਸਾਨ ਹੈ ਪੰਜਾਬ ਦਾ ਜਿਹੜੇ ਪੰਜਾਬ ਦੇ ਨਾਗਰਿਕ ਹੈ ਉਹ ਬਹੁਤ ਜ਼ਿਆਦਾ ਇਸ ਸਮੇਂ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਦੇ ਵਿੱਚ ਉਲਝੇ ਹੋਏ ਕਿ ਹਰ ਥਾਂ ਤੇ ਫਿਰੋਤੀਆਂ ਬਹੁਤ ਕੁਝ ਜੋ ਕੁਝ ਹੋ ਰਿਹਾ ਹੈ ਪੰਜਾਬ ਦੇ ਵਿੱਚ ਆਪਾਂ ਸਭ ਇਸ ਦੇ ਭਲੀ ਭਾਣੂ ਭਲੀ ਭਰਤੀ ਜਾਨੂਆ ਦੂਸਰੀ ਗੱਲ ਇੱਕ ਹੋਰ ਜਿਹੜੀ ਕਰਨ ਵਾਲੀ ਹੈ ਕਿ 8 ਤਰੀਕ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਹੁੰਦਾ ਤੇ ਅਸੀਂ ਪਟਿਆਲਾ ਸ਼ਹਿਰ ਵੱਲੋਂ ਇੱਕ ਖੂਨਦਾਨ ਕੈਂਪ ਅਰੇਂਜ ਕਰਾਂਗੇ ਉਸ ਦਾ ਵੈਨਿਊ ਅਸੀਂ ਤੁਹਾਨੂੰ ਦੱਸ ਦਿਆਂਗੇ ਜਿਸ ਦੇ ਵਿੱਚ ਉਹਨਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਵੱਲੋਂ ਆਮ ਲੋਕਾਂ ਵੱਲੋਂ ਦਿੱਤੀ ਜਾਏਗੀ ਅਸੀਂ ਖੂਨਦਾਨ ਕੈਂਪ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਅਸੀਂ ਉਹਦਾ ਨਾਮ ਸਤਿ ਭਾਵਨਾ ਦਿਵਸ ਨਾਲ ਉਹਨੂੰ ਮਨਾਵਾਂਗੇ ਤੇ ਸ਼੍ਰੋਮਣੀ ਕਾਲੀ ਦਲ ਦੀ ਸਾਰੀ ਜਿਹੜੀ ਸ਼ਹਿਰੀ ਦੀ ਟੀਮ ਹੈ ਸਾਰੀ ਇਕੱਠੇ ਹੋ ਕੇ ਅਸੀਂ ਬਹੁਤ ਅੱਛਾ ਇੱਕ ਕੰਮ ਕਰਾਂਗੇ ਸੋ ਥੈਟ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਦੀ ਗੱਲ ਹੈ ਤਕਰੀਬਨ 1 ਸਾਲ ਹੋਣ ਨੂੰ ਆ ਗਿਆ ਕਿ ਇੱਥੇ ਮਿਊਨਿਸਪਲ ਕਾਰਪੋਰੇਸ਼ਨ ਦੀ ਜਿਹੜੀਆਂ ਇਲੈਕਸ਼ਨਸ ਐ ਉਹ ਡਿਊ ਐ ਲੋਕਾਂ ਕੋਲ ਕੋਈ ਥਾਂ ਨਹੀਂ ਕਿ ਲੋਕ ਕਿਸ ਕੋਲ ਜਾ ਕੇ ਆਪਣੇ ਕੰਮ ਕਰਾ ਸਕਣ ਨਾ ਕੋਈ ਐਮਸੀ अवेलेबल ਹੈ ਤੇ ਨਾ ਕਿਸੇ ਦੀ ਕੋਈ ਜ਼ਿੰਮੇਵਾਰੀ ਹੈ ਕਿਥੇ ਵੀ ਦੇਖਿਆ ਜਾਵੇ ਤਾਂ ਇੰਨਾ ਲੰਮਾ ਸਮਾਂ ਜਿਹੜੀਆਂ ਇਲੈਕਸ਼ਨਾਂ ਨਾ ਹੋਣ ਇਹ ਬੜੀ ਵੱਡੀ ਇੱਕ ਸਰਕਾਰ ਦੀ ਨਾਕਾਮੀ ਜਿਹੜੀ ਦਿਖਦੀ ਹੈ ਸ਼੍ਰੋਮਣੀ ਅਕਾਲੀ ਦਲ ਅਸੀਂ ਸਾਰੇ ਬਿਲਕੁਲ ਤਿਆਰ ਬਰ ਤਿਆਰ ਹਾਂ ਜਿਸ ਦਿਨ ਵੀ ਇਲੈਕਸ਼ਨ ਅਨਾਉਂਸ ਹੋਵੇ ਅਸੀਂ ਤਾਂ ਕਹਿੰਦੇ ਇਲੈਕਸ਼ਨ ਕਰਾਣ ਸੋ ਦੱਟ ਲੋਕਾਂ ਦੇ ਵਿੱਚ ਜਾ ਕੇ ਪਤਾ ਤਾਂ ਲੱਗੇ ਇਹਨਾਂ ਨੂੰ ਕਿ ਇਹਨਾਂ ਦੀ ਸਰਕਾਰ ਦੀ ਕਿੰਨੀ ਬੁਰੀ ਹਾਲਤ ਹੈ ਇਹ ਡਰ ਰਹੇ ਹਨ ਨਾ ਇਲੈਕਸ਼ਨਾਂ ਕਰਾ ਰਹੇ ਹਨ ਨਾ ਇਹਨਾਂ ਕੋਲ ਕੋਈ ਸਿਸਟਮ ਹੈ ਅਗੇ ਇਲੈਕਸ਼ਨ ਕਰਾਣ ਦਾ ਇੱਕੋ ਹੀ ਗੱਲ ਕਰੀ ਜਾਂਦੇ ਕਿ ਅਸੀਂ ਧੱਕੇ ਨਾਲ ਜਿੱਤਾਂਗੇ ਅਸੀਂ ਧੱਕੇ ਨਾਲ ਜਿੱਤਾਂਗੇ ਧੱਕੇ ਨਾਲ ਜਿੱਤਾਂਗੇ 60 ਦੇ 60 ਬੋਰਡ ਅਸੀਂ ਜਿਹੜੇ ਆ ਉਹ ਧੱਕੇ ਨਾਲ ਜਿੱਤਾਂਗੇ ਲੇਕਿਨ ਲੋਕਤੰਤਰ ਦੇ ਵਿੱਚ ਇੰਨਾ ਤਾਂ ਕਦੇ ਨਹੀਂ ਚੱਲਦਾ ਠੀਕ ਹੈ ਪਹਿਲਾਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਜ਼ਰੂਰ ਹੋਈਆਂ ਹੋਣਗੀਆਂ ਲੇਕਿਨ ਲੋਕ ਬਹੁਤ ਜਾਗਰੂਕ ਹੈ ਤੇ ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਦੇਣਗੇ ਜਿਹੜੇ ਬਿਜਲੀ ਦੇ ਰੇਟ ਇਹਨਾਂ ਨੇ ਵਧਾਏ ਹਨ ਬਹੁਤ ਕੁਝ ਜਿਹੜੇ ਸਰਕਾਰ ਵੱਲੋਂ ਕੀਤਾ ਜਾ ਰਿਹਾ ਲੋਕਾਂ ਦਾ ਖਚੂੰਬਰ ਕੱਢਿਆ ਜਾ ਰਿਹਾ ਕੱਲ 1.25 ਪੈਸੇ ਇਹਨਾਂ ਨੇ ਟੈਕਸ ਜਿਹੜਾ ਹੈ ਹੋਰ ਵਧਾ ਦਿੱਤਾ ਸਾਰੀਆਂ ਟਰਾਂਜੈਕਸ਼ਨਸ ਤੇ ਜੇ ਕਿਸੇ ਨੇ ਰਜਿਸਟਰੀ ਕਰਾਣੀ ਹੈ ਤਾਂ ਉਹ ਕਹਿੰਦੇ ਕਿ ਅਸੀਂ 1500 ਕਰੋੜ ਰੁਪਏ ਹੋਰ ਕਮਾਣੇ ਲੇਕਿਨ ਜਿੱਥੇ ਸਰਕਾਰ ਦੀ ਜਿਹੜੀ ਜਿਹੜੀਆਂ ਰਿਸੋਰਸਸ ਦੀ ਲੁੱਟ ਹੋ ਰਹੀ ਹੈ ਉਹਨਾਂ ਲੁੱਟਾਂ ਦੇ ਖਿਲਾਫ ਵੀ ਕੋਈ ਜਿਹੜੀ ਹੈ ਲੋਕਾਂ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਰੋਸ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਹਨ ਉਹਨਾਂ ਦੇ ਵਿੱਚ ਇਹਨਾਂ ਦਾ ਵੀ ਸਫੜਾ ਸਾਫ ਹੋਏਗਾ ਦੇ ਕੋਈ ਤਾਂ ਜਿਹੜਾ ਉਹਨਾਂ ਨੇ ਮੁੱਦਾ ਮੁੱਦਾ ਚੁੱਕਿਆ ਮੁੱਦਾ ਬਿਲਕੁਲ ਠੀਕ ਹੈ ਲੇਕਿਨ ਉਹ ਸਰਕਾਰ ਦੇ ਵਿੱਚ ਤਾਂ ਹੱਲ ਕਰਨ ਉਹ ਬੱਸ ਸਟੈਂਡ ਬੰਦ ਹੀ ਨਹੀਂ ਹੋਣਾ ਚਾਹੀਦਾ ਸੀ ਜਦੋਂ ਨਵਾਂ ਬੱਸ ਸਟੈਂਡ ਬਣਿਆ ਤਾਂ ਉਸ ਬੱਸ ਸਟੈਂਡ ਦੇ ਵਿੱਚ ਕਦੀ ਇਹ ਪ੍ਰੋਪੋਜ਼ਲ ਨਹੀਂ ਸੀ ਕਿ ਪੁਰਾਣਾ ਜਿਹੜਾ ਬੱਸ ਸਟੈਂਡ ਹੈ ਬੰਦ ਕੀਤਾ ਜਾਏਗਾ ਇਹਨਾਂ ਨੇ ਬਿਲਕੁਲ ਹਫੜਾ ਤਫਰੀ ਦੇ ਵਿੱਚ ਕੰਮ ਤਾਂ ਇਹਨਾਂ ਤੋਂ ਕੋਈ ਹੋਇਆ ਨਹੀਂ ਇੰਨੇ ਲੰਬੇ ਸਮੇਂ ਦੇ ਵਿੱਚ ਤਾਂ ਜਿਹੜਾ ਇਹਨਾਂ ਨੇ ਬੱਸ ਸਟੈਂਡ ਬੰਦ ਕਰਨ ਦਾ ਜਿਹੜਾ ਕੀਤਾ ਇਸ ਦੇ ਆਮ ਜਿਹੜਾ ਲੋਕ ਜਿਹੜੇ ਲੋਕ ਹੈ ਉਹਨਾਂ ਨੂੰ ਕਿੱਡਾ ਵੱਡਾ ਨੁਕਸਾਨ ਹੋਇਆ ਹੈ ਇਹ ਨਹੀਂ ਦੇਖਦੇ ਕਿਉਂਕਿ ਹਰ ਆਮ ਜਿਹੜਾ ਲੋਕ ਇੱਥੇ ਜਾਂਦੇ ਸੀ ਜਿਹੜੇ ਬਸਾਂ ਤੇ ਸਫ਼ਰ ਕਰਦੇ ਆ ਨਾ ਤਾਂ ਉੱਥੇ ਕੋਈ ਸਾਈਕਲ ਸਟੈਂਡ ਦੀ ਸਹੂਲਤ ਹੈ ਉਸ ਬਸ ਸਟੈਂਡ ਦੇ ਵਿੱਚ ਨਾ ਕੋਈ ਸਕੂਟਰ ਸਟੈਂਡ ਦੀ ਸਹੂਲਤ ਹੈ ਲੋਕ ਇੱਥੇ ਪੁਰਾਣੇ ਬਸ ਸਟੈਂਡ ਦੇ ਕੋਲ ਜਿੱਥੇ ਸਾਰੇ ਸਾਈਕਲ ਸਟੈਂਡ ਸਕੂਟਰ ਸਟੈਂਡ ਦੇ ਵਪਾਰ ਚੱਲਦਾ ਸੀ ਹੋਰ ਸੀ ਉੱਥੇ ਆਪਣਾ ਵਾਹਨ ਖੜਾ ਕਰਦੇ ਸੀ ਤੇ ਬਸ ਤੇ ਚੜ ਕੇ ਚਲੇ ਜਾਂਦੇ ਸੀ ਲੇਕਿਨ ਹੁਣ ਹਰ ਬੰਦੇ ਤੇ ਤਕਰੀਬਨ 50 ਰੁਪਏ ਜਾਣ ਦਾ 50 ਰੁਪਏ ਆਣ ਦਾ ਜਿਹੜਾ ਵਾਧੂ ਬੋਝ ਰੋਜ਼ ਦਾ ਜਿਹੜਾ ਪੈਂਦਾ ਹੈ ਜਿਹੜਾ ਰਿਕਸ਼ਾ ਕਰਕੇ ਜਾਂਦਾ ਉਥੋਂ ਉਹ ਉਹ ਵੀ ਤਾਂ ਹਰ ਲੋਕਾਂ ਦਾ ਸਭ ਦੀ ਜੇਬ ਦੇ ਉੱਪਰ ਬਹੁਤ ਵੱਡਾ ਖਰਚਾ ਪੈ ਰਿਹਾ ਇਹ ਜਿਹੜੀ ਗੱਲ ਹੈ ਇਹਨਾਂ ਤੋਂ ਬੱਸ ਸਟੈਂਡ ਇੱਕ ਹੁਣ ਇਹਨਾਂ ਨੂੰ ਲੋਕਲ ਬੱਸ ਸਰਵਿਸ ਇੱਥੇ ਦੇਣੀ ਚਾਹੀਦੀ ਸੀ ਜਿਹੜੀ ਫ੍ਰੀ ਸ਼ਟਲ ਸਰਵਿਸ ਹੋਵੇ ਉਹ ਇਹਨਾਂ ਕੰਮਾਂ ਵਾਲਤਾ ਕੁਝ ਕੀਤਾ ਨਹੀਂ ਲੇਕਿਨ ਬੱਸ ਸਟੈਂਡ ਇੱਥੋਂ ਜਾਣਾ ਹੀ ਨਹੀਂ ਸੀ ਚਾਹੀਦਾ ਜਿਹੜਾ ਗਿਆ ਖੁੱਲਣਾ ਤਾਂ ਹੁਣ ਇਹਨਾਂ ਨੂੰ ਦੇਖੋ ਵਿਧਾਨ ਸਭਾ 'ਚ ਗੱਲ ਚੱਕਣੀ ਪਈ ਆਪਣੀ ਸਰਕਾਰ ਦੇ ਖਿਲਾਫ ਇਹ ਤਾਂ ਆਪ ਹੀ ਖੁਲਾ ਸਕਦੇ ਐ ਐਮ ਐਲ ਏ ਬਹੁਤ ਵੱਡੀ ਤਾਕਤ ਹੁੰਦੀ ਐ ਤੇ ਐਮ ਐਲ ਏ ਦਾ ਉਦੇ ਸ਼ਹਿਰ ਦਾ ਬੱਸ ਸਟੈਂਡ ਬੰਦ ਹੋਇਆ ਹੋਵੇ ਤੁਹਾਨੂੰ ਪਤਾ ਨਾ ਲੱਗਿਆ ਹੋਵੇ ਇਹ ਤਾਂ ਵੈਸੇ ਮਾੜੀ ਗੱਲ ਹੈ ਜੀ ਬਹੁਤ ਅਕਾਲੀ ਦਲ ਦੇ ਨਾਮ ਦੇ ਪਰਦਾ ਦੇਖੋ ਸਰਕਾਰ ਨੇ ਬਿਲਕੁਲ ਗਲਤ ਪਰਚਾ ਕੀਤਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੀ ਇੱਥੇ ਆਏ ਸੀ ਉਹਨਾਂ ਨੇ ਵੀ ਗੱਲ ਕੀਤੀ ਹੈ ਸਰਕਾਰ ਬਹੁਤ ਜ਼ਿਆਦਾ ਧੱਕੇਸ਼ਾਹੀ ਕਰ ਰਹੀ ਹੈ ਧੱਕੇ ਨਾਲ ਜਿੰਨੇ ਝੂਠੇ ਪਰਚੇ ਕਰਨੇ ਕਰੀ ਜਾਣ ਉੱਥੇ ਅਕਾਲੀ ਦਲ ਕਦੀ ਝੂਠੇ ਪਰਚਿਆਂ ਤੋਂ ਡਰਨ ਵਾਲੀ ਕੌਮ ਨਹੀਂ ਹੈ ਇਹ ਪਰਚਾ ਰੱਬ ਕੀਤਾ ਜਾਏਗਾ ਕਿ ਹਲੇ ਚੱਲ ਰਹੇ ਪਰਚਾ ਵੀ ਚੱਲਦੇ ਗਏ ਪਰਚਾ ਛੋੜ ਦੇ ਦੇਖੋ ਪਰਚਾ ਤਾਂ ਹੁਣ ਰੱਦੀ ਹੋਏਗਾ ਪਰਚਾ ਦਾ ਰੱਦ ਹੀ ਉਹ ਕਾ ਝੂਠਾ ਪਰਚਾ ਤੇ ਰੱਦ ਹੀ ਹੋਏਗਾ ਰੱਦ ਕਰਨਾ ਹੀ ਪਏਗਾ ਇਹਨਾਂ ਨੂੰ ਕਿਉਂਕਿ ਉਸ ਦੇ ਵਿੱਚ ਕੋਈ ਸੱਚਾਈ ਤਾਂ ਹੋਵੇ ਇਹ ਤਾਂ ਸਿਰਫ ਤੇ ਸਿਰਫ ਕੁਝ ਵਪਾਰਕ ਇਹਨਾਂ ਦੇ ਜਿਹੜੇ ਕਾਰਨ ਹੈਗੇ ਆ ਉਹਨਾਂ ਨੂੰ ਠੇਸ ਪਹੁੰਚਾਉਣ ਲਈ ਉਹਨਾਂ ਦੇ ਵਪਾਰ ਨੂੰ ਠੇਸ ਪਹੁੰਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਇਹਨਾਂ ਨੇ ਝੂਠਾ ਪਰਚਾ ਕੀਤਾ ਕਾਰਪੋਰੇਸ਼ਨ ਲਖਣਾਂ ਤੋਂ ਤੁਸੀਂ ਗੱਲ ਕੀਤੀ ਹੈ ਕਾਰਪੋਰੇਸ਼ਨ ਵੀਰ ਜੀ ਨਾ ਤਾਂ ਇਹਨਾਂ ਤੋਂ ਵੋਟਬੰਦੀ ਸਹੀ ਹੋਈ ਹੈ ਨਾ ਜਿਹੜੇ ਅਸੀਂ ਇਤਰਾਜ਼ ਦਿੱਤੇ ਸੀ ਨਾ ਸਾਨੂੰ ਉਹਨਾਂ ਨੇ ਕਦੀ ਅੱਜ ਤੱਕ ਇਤਰਾਜ਼ਾਂ ਬਾਰੇ ਪੁੱਛਿਆ ਕਿ ਵੀ ਤੁਹਾਡੇ ਇਤਰਾਜ਼ ਅਸੀਂ ਹੱਲ ਕੀਤੇ ਜਾਂ ਨਹੀਂ ਤੇ ਕਾਰਪੋਰੇਸ਼ਨ ਦੀ ਬਾਕੀ ਜਿਹੜੇ ਵੱਡੇ ਸ਼ਹਿਰ ਹੈਗੇ ਉਹਨਾਂ ਦੇ ਕੇਸਸ ਵੀ ਚੱਲ ਰਹੇ ਆ ਸਰਕਾਰ ਦੀ ਤਾਂ ਮਨਸ਼ਾ ਹੀ ਨਹੀਂ ਹੈ ਇਲੈਕਸ਼ਨ ਕਰਾਈ ਜਾਵੇ ਕਿਉਂਕਿ ਪਾਰਲੀਮੈਂਟ ਦੇ ਇਲੈਕਸ਼ਨ ਪਾਣਾ ਚਾਹੁੰਦੇ ਕਿ ਪਾਰਲੀਮੈਂਟ ਤੋਂ ਬਾਅਦ ਇੱਥੇ ਇਲੈਕਸ਼ਨ ਹੋਵੇ ਲੇਕਿਨ ਅਸੀਂ ਤਾਂ ਤਿਆਰ ਬੈਠੇ ਆ ਜੀ ਜਦੋਂ ਮਰਜ਼ੀ ਇਲੈਕਸ਼ਨ ਕਰਾ ਲੈਣ ਇਹਨਾਂ ਨੂੰ ਹਰਾ ਕੇ ਭੇਜਾਂਗੇ ਜ਼ਿੰਮੇਵਾਰੀ ਵੱਡੀ ਰਹੀ ਹੈ ਤੁਹਾਡੀ ਮੈਨੂੰ ਦੱਸ ਦੇ ਕੋਈ ਵੀ ਸ਼ਹਿਰ ਦਾ ਬੰਦਾ ਉੱਠ ਕੇ ਖੜਾ ਹੋ ਕੇ ਕਹਿ ਦਵੇ ਕਿ ਸਾਡੀ ਇੱਥੇ ਇਹ ਗਲੀ ਬਣੀ ਹੋਵੇ ਜਾਂ ਸਾਡੀ ਗਲੀ ਦੀ ਰਿਪੇਅਰ ਹੋਈ ਹੋਵੇ ਜਾਂ ਸਾਡੀ ਸਟਰੀਟ ਲਾਈਟ ਠੀਕ ਹੋਈ ਹੋਵੇ ਯਾ ਸਾਨੂੰ ਕੋਈ ਸਰਕਾਰ ਵੱਲੋਂ ਹੋਰ ਸਹੂਲਤਾਂ ਦਿੱਤੀਆਂ ਗਈਆਂ ਹੁਣ ਜਾਂ ਇੱਥੇ ਸਫਾਈ ਦਾ ਪ੍ਰਬੰਧ ਹੋਇਆ ਹੋਵੇ ਜਾਂ ਕੂੜਾ ਸੰਭਾਲਣ ਵਾਸਤੇ ਕੋਈ ਚੀਜ਼ ਕੀਤੀ ਹੋਵੇ ਬਿਲਕੁਲ ਫਲੌਪ ਸਰਕਾਰ ਹੈ ਲੋਕਾਂ ਦੀ ਨਾ ਕੋਈ ਗੱਲ ਕਰ ਰਹੀ ਹੈ ਤੇ ਨਾ ਲੋਕਾਂ ਦੀ ਕੋਈ ਗੱਲ ਸੁਣ ਰਹੀ ਹੈ ਲੋਕ ਜਿਹੜੇ ਬਹੁਤ ਤਰਾ ਤਰਾ ਕਰ ਰਹੇ ਸਾਰੀ ਸ਼ਹਿਰ ਦੀਆਂ ਸੜਕਾਂ ਦੇਖੋ ਸਭ ਦੇ ਉੱਪਰ ਬਹੁਤ ਵੱਡੇ ਵੱਡੇ ਖੱਡੇ ਪੈ ਚੁੱਕੇ ਆ ਇੱਕ ਜਿਹੜਾ ਇਹ ਗੈਸ ਪਾਈਪਲਾਈਨ ਵਾਲੀ ਜਿਹੜੀ ਤੁਸੀਂ ਗੱਲ ਕਹੀ ਹੈ ਇਹ ਗੈਸ ਪਾਈਪਲਾਈਨ ਤਾਂ ਚਲੋ ਜੋ ਪੈ ਰਹੀ ਹੈ ਪੈ ਰਹੀ ਜੋ ਪਾਣੀ ਦੀ ਲਾਈਨ ਜਿਹੜੀ ਲਾਰਸਨ ਐਂਡ ਟੂਬ੍ਰੋ ਬਹੁਤ ਵੱਡੀ ਕੰਪਨੀ ਜਿਹੜੀ ਕੰਮ ਕਰ ਰਹੀ ਹੈ ਉਹਨਾਂ ਨੂੰ ਵੀ ਨਹੀਂ ਕੰਮ ਕਰਨ ਦਿੱਤਾ ਜਾ ਰਿਹਾ ਇੰਨੀ ਜ਼ਿਆਦਾ ਇੰਟਰਫੀਰੈਂਸ ਹੈ ਕਿ ਉਸ ਕੰਪਨੀ ਦੇ ਕਈ ਮੁਲਾਜ਼ਮਾਂ ਨਾਲ ਮੇਰੀ ਗੱਲ ਹੋਈ ਕਈ ਅਫਸਰਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਸਾਡੇ ਤੇ ਇੰਨਾ ਜ਼ਿਆਦਾ ਪੋਲਿਟਿਕਲ ਪ੍ਰੈਸ਼ਰ ਹੋਰ ਤਰੀਕੇ ਦਾ ਹੈਗਾ ਕਿ ਵੀ ਸਾਨੂੰ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ ਅਸੀਂ ਜਿੱਥੇ ਕੰਮ ਸ਼ੁਰੂ ਕਰਦੇ ਹਾਂ ਉੱਥੇ ਰੋਕ ਦਿੰਦੇ ਨੇ ਕਹਿੰਦੇ ਦੂਜੇ ਪਾਸੇ ਕਰ ਲੋ ਇਹ ਮੈਨੂੰ ਨਹੀਂ ਪਤਾ ਕੌਣ ਕਰ ਰਿਹਾ ਲੇਕਿਨ ਜੋ ਵੀ ਹੈ ਪ੍ਰੈਸ਼ਰ ਤੁਸੀਂ ਦੇਡ ਦੇ ਸਾਲ ਹੋ ਗਿਆ ਸੜਕਾਂ ਪੱਟੀਆਂ ਹੋਈਆਂ ਲੀਲਾ ਪਵਨ ਵਾਲੀ ਸੜਕ ਹੈ ਸਾਰੀਆਂ ਮੇਨ ਰੋਡਸ ਹੈ ਜਿਹੜੀਆਂ ਪੱਟੀਆਂ ਹੋਈਆਂ ਲੋਕ ਕੀ ਕਰਨ ਕਿਹਦੇ ਕੋਲ ਜਾਣ ਕੋਈ ਸੁਣਵਾਈ ਹੈ ਨਹੀਂ ਲੋਕਾਂ ਦੀ ਲੋਕਾਂ ਦੀ ਕੋਈ ਸੁਣਵਾਈ ਹੈ ਨਹੀਂ ਬੇਵਸ ਹੋਏ ਪਏ ਆ ਲੋਕ ਸਿਰਫ ਇਹੀ ਵੇਟ ਕਰ ਰਹੇ ਕਿ ਇਹਨਾਂ ਨੂੰ ਜਵਾਬ ਤਾਂ ਲੋਕ ਬੋਟਾਂ ਦੇ ਰਾਹੀਂ ਦੇ ਸਕਦੇ